ਹੁਣ ਜਿਹੜਾ ਆਪਣਾ ਮਿਊਜ਼ਿਕ ਹੈ ਉਹ ਸਿੰਗਲ ਮਿਊਜ਼ਿਕ ਵੀ ਕਹਿੰਦੇ ਨੇ ਇੰਡੀ ਮਿਊਜ਼ਿਕ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬਹੁਤ ਪਾਪੂਲਰ ਹੈ ਅਤੇ ਇੰਡੀ ਮਿਊਜ਼ਿਕ ਦੇ ਵਿੱਚ ਕਿਹਾ ਜਾਂਦਾ ਕਿ ਅਗਰ ਪੂਰੇ ਭਾਰਤ ਦੇ ਵਿੱਚ ਕੋਈ ਮਾਰਕੀਟ ਹੈ ਉਹ ਪੰਜਾਬੀ ਮਾਰਕੀਟ ਹੈ ਜਿਹੜੀ ਸਭ ਤੋਂ ਵੱਧ ਗਰੋ ਹੋ ਰਹੀ ਹੈ ਤਾਂ ਇਸ ਦੇ ਕੰਪੀਟੀਸ਼ਨ ਦੇ ਵਿੱਚ ਆਪਣਾ ਟਰੈਕ ਡਰੋਪ ਕਰਨ ਤੋਂ ਪਹਿਲਾਂ ਕਿੰਨਾ ਕੁ ਸੋਚਣਾ ਪੈਂਦਾ ਲਾਈਕ ਤੁਸੀਂ ਕਮਾਲ ਦੇ ਹਿੱਟਸ ਦਿੱਤੇ ਨੇ ਹੈ ਨਾ ਲੇਕਿਨ ਅੱਜ ਕੱਲ੍ਹ ਗਾਣਿਆਂ ਦੀ ਉਮਰ ਨਹੀਂ ਹੈ ਲਾਈਕ 7 ਦਿਨ ਬਾਅਦ ਗਾਣਾ ਭੁੱਲ ਜਾਂਦੇ ਨੇ ਲੋਕ ਤਾਂ ਕਿੰਨਾ ਕੁ ਮੁਸ਼ਕਲ ਹੈ ਇੱਥੇ ਟਰੈਕ ਰਿਲੀਜ਼ ਕਰਨਾ ਅਤੇ ਕਿਉਂਕਿ ਔਰ ਸਪੈਸ਼ਲੀ ਉਹਨਾਂ ਆਰਟਿਸਟ ਵਾਸਤੇ ਜਿਨ੍ਹਾਂ ਨੇ ਹਿੱਟਸ ਦਿੱਤੇ ਹੋ ਦੇਖੋ ਜਾਂ ਤਾਂ ਤੁਸੀਂ ਗਾਣਾ ਬਣਾ ਰਹੇ ਹੋ ਕਿ ਮੈਂ ਇਹ ਹਿੱਟ ਬਣਾਉਣਾ ਹੈਗਾ ਗਾਣਾ ਤਾਂ ਉਹ ਜੇ ਉਸ ਐਂਗਲ ਨਾਲ ਸੋਚੋਗੇ ਤਾਂ ਮੁਸ਼ਕਿਲ ਟਾਸਕ ਹੈ ਤੁਹਾਡੇ ਕਿਉਂਕਿ ਸਾਰੇ ਗਾਣੇ ਤਾਂ ਨਹੀਂ ਚੱਲਦੇ ਤਾਂ ਯੂ ਹੈਵ ਟੂ ਬੀ ਰੈਡੀ ਕਿ 10 ਗਾਣੇ ਰਿਲੀਜ਼ ਕਰੋਗੇ 9 ਫੇਲ ਹੋ ਜਾਏਗੇ ਸ਼ਾਇਦ ਇੱਕ ਚੱਲੇਗਾ ਬਟ ਜੇ ਤੁਸੀਂ ਗਾਣਾ ਬਣਾ ਰਹੇ ਹੋ ਆਪਣੇ ਲਈ ਅਤੇ ਮੈਂ ਬਣਾਉਂਦਾ ਕਿ ਜੇ ਮੈਨੂੰ ਜੇ ਨਚਾਏਗਾ ਨਾ ਗਾਣਾ ਤਾਂ ਸਾਰਿਆਂ ਨੂੰ ਨਚਾਏਗਾ ਅਤੇ ਸਟੂਡੀਓ ਦੇ ਵਿੱਚ ਮੈਂ ਬੈਠ ਕੇ ਸਟ੍ਰੈਸ ਕਰਕੇ ਗਾਣਾ ਨਹੀਂ ਬਣਾਉਂਦਾ ਮੈਂ ਰਿਦਮ ਬਣਾ ਕੇ ਕੋਰਸ ਪਹਿਲਾਂ ਸਟਾਰਟ ਕਰਦੇ ਅਤੇ ਫਿਰ ਮੈਂ ਨੱਚਦਾ ਗਾਣੇ 'ਤੇ ਖੁਦ ਮੈਂ ਨੱਚਦਾ ਹੈਗਾ ਅਤੇ ਜੇ ਮੈਨੂੰ ਨਚਾਵੇ ਤਾਂ ਮੇਰਾ ਕੌਨਫੀਡੈਂਸ ਆ ਜਾਂਦਾ ਕਿ ਸਾਰਿਆਂ ਨੂੰ ਨਚਾਏਗਾ ਅਤੇ ਬਿੱਲੀ ਬਿੱਲੀ ਅੱਖ ਦਾ ਵੀ ਇੱਦਾਂ ਹੀ ਸੀ ਅਤੇ ਮੈਨੂੰ ਨਚਾਇਆ ਗਾਣੇ ਨੇ ਅਤੇ ਮੈਂ ਉਹੀ ਗਾਣਾ ਫਿਰ ਜਦੋਂ ਉਹਨਾਂ ਨੇ ਮੈਨੂੰ ਸਲਮਾਨ ਭਾਜੀ ਨੇ ਬਰੀਫ ਦਿੱਤੀ ਸੀ ਮੈਂ ਇਹ ਕਹਿੰਦਾ ਮੈਨੂੰ ਡਾਂਸਿੰਗ ਨੰਬਰ 'ਚ ਜੋ ਪੰਜਾਬੀ ਹੋਵੇ ਅਤੇ ਬੰਦੇ ਨੂੰ ਨਚਾਵੇ ਮੈਂ ਕਿਹਾ ਇਹ ਗਾਣਾ ਸੁਣੋ